सो लास्ट टाइम भी कर रहे थे तो कितना ही लास्ट टाइम देखो पास्कल लॉ जो है नोट करके लिखो बेस्ड ऑन पास्कल लॉ इज बेस्ड ऑन लॉ ऑफ कंजर्वेशन ऑफ एनर्जी हाइड्रोलिक लिफ्ट है ना, गल कुछ भी नहीं है तो आइडिया दसता सी तुहानू हाँ उस बस तुहानू थोड़ा फर्क दस दिना एक आप उदन जनरल की थी ना ये बस देखो एक ब्लॉक डायग्राम बेसिक जी है वो कितना भी लिफ्ट की हेल्प के नाल आप की कर सकते हैं घट फोर्स लगा के ज्यादा फोर्स ऑबटेन कर सकते हैं। जिदा मान लो एक कार है तो कार का जिहड़ा एवरेज मास है मास वो सब तो जिहड़ी हल्की कार है वो आलमोस्ट कितना होएगा 1000 kg तो वेट कितना हो गया 10,000 newton जी 10 मान लेने आप है ना इहदा मतलब जे कार नूं उपर नूं चकना वा तां घट्टो घट किन्नी फोर्स चाहीदी है 10,000 newton पर आपां घट फोर्स लगा के भी कार चक सकते हैं पर उहदे लई सानूं किहदी हेल्प लैणी पएगी हाइड्रोलिक लिफ्ट दी है ना उहदे च की करांगे आपां देखो जिहड़ी लिफ्ट है उहदे विच आया तो बेसिक जिहड़ी आपां सपोज करो ये अरेंजमेंट इतना की गई है आ एक पतली पाइप है या कंटेनर कह लो स्मॉल क्रॉस सेक्शन का और आ है एक लार्ज क्रॉस सेक्शन का कंटेनर आ कंटेनर और ये दोनों इंटरकनेक्टेड है विद ए कनेक्टिंग पाइप इस आप उत्तर पिस्टल है अभी पिस्टल है ताकि मूव कर सके तो इस पिस्टल का एरिया ऑफ क्रॉस सेक्शन है स्मॉल ए
ਇਸਦਾ ਏਰੀਆ ਆਫ ਕ੍ਰੋਸ ਸੈਕਸ਼ਨ ਮੈਂ ਜਾਣ ਕੇ ਲਿਖਤਾ ਕੈਪੀਟਲ ਏ, ਵੱਡੇ ਵਾਲਾ ਏਰੀਆ ਵੱਡੇ ਕੈਪੀਟਲ ਨਾਲ ਲਿਖਤਾ, ਛੋਟੇ ਵਾਲਾ ਛੋਟੇ ਨਾਲ ਲਿਖਤਾ। ਅੱਛਾ ਹੁਣ ਅਸੀਂ ਇਹਦੇ ਤੇ ਫੋਰਸ ਲਗਾਈ ਐਫ, ਤਾਂ ਬੇਸਿਕਲੀ ਪ੍ਰੈਸ਼ਰ ਕਿੰਨਾ ਲੱਗਾ ਇੱਥੇ ਐਫ ਬਾਈ। ਹੁਣ ਇਹ ਪ੍ਰੈਸ਼ਰ ਲੈ ਕੇ ਜਦੋਂ ਫੋਰਸ ਲਗਾਉਣੀ ਹੈ ਇਸ ਤੇ ਬਰਾਬਰ ਲਗਾਉਣੀ ਹੈ ਪ੍ਰੈਸ਼ਰ ਇਨਟੂ, ਔਰ P ਦੀ ਵੈਲਿਊ ਤਾਂ ਥਰੂ ਆਊਟ ਪਾਸਕਲ ਲਾ ਦੇ ਅਕੋਰਡਿੰਗਲੀ ਸੇਮ ਰਹਿਣੀ ਹੈ। ਕਿਉਂਕਿ ਜਿਹੜੀ ਫੋਰਸ ਅਸੀਂ ਓਬਟੇਨ ਕਰ ਰਹੇ ਹਾਂ ਉਹ ਉੱਪਰ ਨੂੰ ਕਰ ਰਹੇ ਹਾਂ ਇਸ ਕਰਕੇ ਲਿਫਟ, ਤੇ ਜੇ ਥੱਲੇ ਨੂੰ ਕਰਦੇ ਪ੍ਰੈਸ, ਥੱਲੇ ਨੂੰ ਕਰਨ ਚ ਕੀ ਕਰਨਾ ਸੀਗਾ, ਸਿਰਫ ਬੇਸਿਕ ਸਟਰਕਚਰ ਬਦਲਣੀ ਹੈ ਆਪਾਂ, ਕੀ ਕਰਨਾ ਪਿਸਟਨ ਇੱਥੇ ਦੀ ਜਗ੍ਹਾ ਇੱਥੇ ਇੱਥੇ ਫਿੱਟ ਕਰ ਦੇਣਾ, ਨੀਚੇ ਪਿਸਟਨ ਫਿੱਟ ਕਰ ਦਾਂਗੇ। ਉਹਦੇ ਨਾਲ ਕੀ ਹੋਏਗਾ, ਜਦੋਂ ਪ੍ਰੈਸ਼ਰ ਫੋਰਸ ਲਗਾਏਗਾ ਤਾਂ ਪਿਸਟਨ ਨੀਚੇ ਨੂੰ ਰੱਖੀ ਚੀਜ਼ ਨੂੰ ਦਬਾਏਗਾ, ਤਾਂ ਕਹਿ ਦਾਂਗੇ ਕਿ ਇਹ ਪ੍ਰੈਸ ਹੋ ਰਿਹਾ, ਹੋਰ ਕੀ ਹੈ। ਤੋ ਬੇਸਿਕ ਇਹ ਫੰਡਾ। ਹੁਣ ਇਹਦੇ ਵਿੱਚ ਕਿਉਂਕਿ ਜਿੱਥੇ ਅਸੀਂ ਫੋਰਸ ਓਬਟੇਨ ਕਰ ਰਹੇ ਹਾਂ ਉਹ ਕ੍ਰੋਸ ਸੈਕਸ਼ਨ ਏਰੀਆ ਆਫ ਕ੍ਰੋਸ ਸੈਕਸ਼ਨ ਜਿੱਥੇ ਫੋਰਸ ਅਪਲਾਈ ਕਰ ਰਹੇ ਉਸ ਤੋਂ ਜ਼ਿਆਦਾ ਵਾ, ਇਸ ਕਰਕੇ ਕੈਪੀਟਲ ਏ ਗ੍ਰੇਟਰ ਦੈਨ ਸਮਾਲ ਏ ਹੈ, ਤਾਂ ਜਿਹੜੀ ਫੋਰਸ ਅਸੀਂ ਓਬਟੇਨ ਕਰ ਰਹੇ ਹਾਂ ਉਹ ਅਪਲਾਈਡ ਨਾਲੋਂ ਜ਼ਿਆਦਾ। ਕਿੰਨੀ ਜ਼ਿਆਦਾ ਹੋਏਗੀ ਉਹ ਡਿਪੈਂਡ ਕਰੇਗਾ ਰੇਸ਼ੋ ਤੇ, ਕਿਹਦੀ ਰੇਸ਼ੋ ਤੇ, ਕੈਪੀਟਲ ਏ ਤੇ ਸਮਾਲ ਏ ਦੀ। ਜੇ ਕੈਪੀਟਲ ਏ ਸਮਾਲ ਏ ਨਾਲੋਂ 10 ਟਾਈਮਸ ਹੈ, ਇਹਦਾ ਮਤਲਬ ਕੀ ਹੈ ਵੀ ਆਪਾਂ 10 ਟਾਈਮਸ ਫੋਰਸ ਓਬਟੇਨ ਕਰ ਸਕਦੇ, ਹੈ ਨਾ। ਅੱਛਾ ਹੁਣ ਹੋਏਗਾ ਕੀ, ਜਿਹੜੀ ਅਗਲੀ ਗੱਲ ਦੱਸਣੀ ਸੀ, ਦੇਖੋ ਹੁਣ ਜਦੋਂ ਤੁਸੀਂ ਇਸ ਨੂੰ ਫੋਰਸ ਲਗਾਈ ਤਾਂ ਇਹ ਪਿਸਟਨ ਮੂਵ ਕਰੇਗਾ, ਤਾਂ ਮੂਵ ਕਰਕੇ ਮੰਨ ਲਓ ਕਿੱਥੇ ਆ ਗਿਆ, ਇੱਥੇ ਆ ਗਿਆ। ਤਾਂ ਡੀ ਕੀ ਹੈ, ਪਿਸਟਨ ਦੀ ਡਿਸਪਲੇਸਮੈਂਟ ਹੋਈ। ਤਾਂ ਅਗਰ ਤੁਹਾਨੂੰ ਕੋਈ ਪੁੱਛੇ ਕਿ ਵਰਕ ਡਨ ਕਿੰਨਾ ਹੋਇਆ ਪਿਸਟਨ ਤੇ, ਇਸ ਪਿਸਟਨ ਤੇ ਵਰਕ ਡਨ ਕਿੰਨਾ ਹੋਇਆ, ਤਾਂ ਤੁਸੀਂ ਕਹਿ ਦੇਣਾ ਵਾ ਫੋਰਸ ਇਨਟੂ ਡਿਸਪਲੇਸਮੈਂਟ, ਹੈ ਨਾ, ਇਹਦੇ ਬਰਾਬਰ ਹੋਇਆ। ਅੱਛਾ ਹੁਣ ਇਹ ਜਦੋਂ ਪਿਸਟਨ ਨੂੰ ਅਸੀਂ ਫੋਰਸ ਲਗਾ ਕੇ ਨੀਚੇ ਨੂੰ ਮੂਵ ਕੀਤਾ, ਤਾਂ ਇਹ ਪਿਸਟਨ ਕਿੱਧਰ ਨੂੰ ਮੂਵ ਕਰੇਗਾ, ਉੱਪਰ ਨੂੰ ਮੂਵ ਕਰੇਗਾ। ਇਸ ਪਿਸਟਨ ਦੀ ਡਿਸਪਲੇਸਮੈਂਟ ਕਿੰਨੀ ਹੈ, ਕੈਪੀਟਲ ਡੀ। ਤੋਂ ਵਰਕ ਡਨ ਓਬਟੇਨ ਕਿੰਨਾ ਆਏਗਾ, ਉਹ ਆ ਗਿਆ ਐਫ ਡੀ। ਵਰਕ ਡਨ ਕੀ ਹੁੰਦਾ, ਡੋਟ ਪ੍ਰੋਡਕਟ ਆਫ ਫੋਰਸ ਐਂਡ ਡਿਸਪਲੇਸਮੈਂਟ, ਕਿਉਂਕਿ ਫੋਰਸ ਤੇ ਡਿਸਪਲੇਸਮੈਂਟ ਸੇਮ ਡਾਇਰੈਕਸ਼ਨ ਚ, ਫੋਰਸ ਤੇ ਡਿਸਪਲੇਸਮੈਂਟ ਸੇਮ ਡਾਇਰੈਕਸ਼ਨ ਚ, ਤਾਂ ਕੋਸ 0 ਡਿਗਰੀ 1 ਹੋ ਗਿਆ ਆ ਗਿਆ। ਅੱਛਾ ਹੁਣ ਇਹ ਜਿਹੜਾ ਵਰਕ ਡਨ ਹੈ ਡਬਲਯੂ ਹੈ, ਇਹ ਡਬਲਯੂ ਡੈਸ਼ ਹੈ, ਔਰ ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ ਦੇ ਅਕੋਰਡਿੰਗਲੀ ਅਸੀਂ ਇਹ ਆਈਡੀਅਲ ਸਿਚੁਏਸ਼ਨ ਲੈ ਕੇ ਚੱਲ ਰਹੇ ਹਾਂ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਐਨਰਜੀ ਡਿਸਿਪੇਸ਼ਨ ਨਹੀਂ ਹੋ ਰਹੀ, ਵੇਸਟ ਨਹੀਂ ਹੋ ਰਹੀ। ਤਾਂ ਇਹਦਾ ਮਤਲਬ ਦੋਨੋਂ ਵਰਕ ਡਨ ਬਰਾਬਰ ਹੋਣੇ ਚਾਹੀਦੇ ਹੈ। ਤਾਂ ਐਫ ਡੀ ਹੁਣ ਇਸ ਸਿਚੁਏਸ਼ਨ ਚ ਜ਼ਿਆਦਾ ਫੋਰਸ ਕਿਹੜੀ ਹੈ ਪੁੱਤ,
capital F greater than small f है, it means यहां ज्यादा बात प्रोडक्ट बराबर है ना, तो अगर आज ज्यादा बात इनमें भी होना पड़ेगा, तो इस करके जिस पिस्टन का एरिया ऑफ क्रॉस सेक्शन लेसर होएगा, छोटा होएगा, उसके डिस्प्लेसमेंट ज्यादा होएगी और जिधर लार्जर होएगा वो भी काट होएगी। अच्छा हम देखो दोबारा सुनोगे, इस गल सिरिंज दे नाल भी समझ सकते, सिरिंज दे केस च की हुंदा उल्ट नहीं हो जाता, सिरिंज दे केस च जिस पिस्टन ते असी फोर्स लगाने हैं वो वाइडर क्रॉस सेक्शन वाला होंगे और जिथे सिरिंज लगी है वो पतला हिस्सा होंगे, ये पता कि नहीं, तो हुण उहदे विच सिरिंज दे केस च कंसेप्ट तां सेम ही है, तो लॉ ऑफ कंजर्वेशन ऑफ एनर्जी दे अकॉर्डिंगली वर्क डन बराबर है या पावर, और देखियो सिरिंज वाले केस नूं समझना होए तां दिमाग च इहदा रख्या जा सकदा कि इनपुट पावर ते आउटपुट पावर सेम है, एनर्जी कंजर्व, तो इनपुट पावर का मतलब आ वाली फोर्स ते आ वेलोसिटी का पावर की होती है डॉट प्रोडक्ट ऑफ फोर्स एंड वेलोसिटी, और ये है आउटपुट फोर्स ते आउटपुट वेलोसिटी, हम गल समझ जाइए, इधर देखियो सिरिंज की गल की है, सिरिंज दे केस च आ क्रॉस सेक्शन ज्यादा होएगा, अंगूठे दे नाल जिहड़ी साइड दबाने आ वो वड्डा क्रॉस सेक्शन हुंदा ना, ये डायग्राम उल्ट बनी है,
ਇਹਨੂੰ ਦਿਮਾਗ ਚ ਰੱਖ ਲਈ ਹੋ। ਤਾਂ ਆਹ ਸਾਈਡ ਜਦੋਂ ਵੱਡਾ ਕ੍ਰੋਸ ਸੈਕਸ਼ਨ ਹੈ ਔਰ ਆਹ ਛੋਟਾ ਹੈ, ਨਜ਼ਰ ਜਿਹੜਾ ਅੱਖਾਂ ਨੂੰ ਆ ਰਿਹਾ ਡਰਾ ਕਰਦਾ ਉਹ ਕਿ ਨਹੀਂ, ਸਮਝ ਆ ਜੂ? ਪਿਸਟਨ ਨਹੀਂ ਲੱਗਾ ਇੱਧਰ, ਮੈਡੀਸਿਨ ਜਿਹੜੀ ਲਿਕੁਇਡ ਫਾਰਮ ਚ ਹੈ, ਇੰਜੈਕਸ਼ਨ ਜਿਹਨੂੰ ਕਹਿ ਦਿੰਦੇ ਆ, ਇੰਜੈਕਟ ਕਰਦੇ ਆ ਉਹ ਇਧਰੋਂ ਬਾਹਰ ਨਿਕਲਦੀ ਹੈ ਨਾ। ਅਗਰ ਆਪਾਂ ਉਹ ਸਰਿੰਜ ਪਾਣੀ ਦੀ ਭਰ ਕੇ, ਈਵਨ ਸਰਿੰਜ ਵਾਲੀ ਗੱਲ ਛੱਡ ਵੀ ਦਿਓ, ਹੋਲੀ ਨੂੰ ਪਿਚਕਾਰੀ ਜਿਹੜੀ ਹੈ ਉਹ ਵੀ ਤਾਂ ਸੇਮ ਕੇਸ ਹੀ ਹੈ। ਤਾਂ ਪੰਪ ਕਰਦੇ ਹਾਂ ਤਾਂ ਉਧਰੋਂ ਪਾਣੀ ਨਿਕਲਦਾ ਤੇਜ਼, ਤੋ ਹੁਣ ਆਹ ਵਾਲੀ ਵੈਲੋਸਿਟੀ ਇਸ ਸਾਈਡ ਵਾਲ ਫੋਰਸ ਔਰ ਵੈਲੋਸਿਟੀ ਇਸ ਸਾਈਡ ਵਾਲ ਫੋਰਸ ਤੇ ਵੈਲੋਸਿਟੀ, ਵੈਲੋਸਿਟੀ ਮਤਲਬ ਪਿਸਟਨ ਦੇ ਅੰਦਰ ਜਾਣ ਵਾਲੀ ਹੈ ਨਾ। ਹੁਣ ਇਸ ਕੇਸ ਚ ਆਹ ਸਾਈਡ ਵੱਡੀ ਹੈ, ਤੋ ਇਸ ਕੇਸ ਦੇ ਵਿੱਚ ਸਮਾਲ ਕੈਪੀਟਲ ਐਫ ਛੋਟਾ ਹੋਏਗਾ ਨਾ, ਆਊਟਪੁੱਟ ਫੋਰਸ ਘੱਟ ਹੋਏਗੀ। ਤੋ ਇੱਥੋਂ ਸਮਝ ਜਾਓ, ਕੈਪੀਟਲ ਐਫ ਅਗਰ ਘੱਟ ਹੈ ਤਾਂ ਕੈਪੀਟਲ ਪੀ ਜ਼ਿਆਦਾ ਹੋਏਗੀ। ਤੋ ਜਿੰਨੀ ਵੈਲੋਸਿਟੀ ਨਾਲ ਪਿਸਟਨ ਅੰਦਰ ਨੂੰ ਪੁਸ਼ ਕਰਦੇ ਆ, ਉਸ ਤੋਂ ਜ਼ਿਆਦਾ ਵੈਲੋਸਿਟੀ ਨਾਲ ਮੈਡੀਸਿਨ ਇੰਜੈਕਟ ਹੁੰਦੀ ਹੈ। ਉਹ ਹੋਣੀ ਵੀ ਚਾਹੀਦੀ ਹੈ ਕਿਉਂਕਿ ਅੰਦਰ ਪ੍ਰੈਸ਼ਰ ਨੂੰ ਕਾਊਂਟਰ ਕਰਨ ਲਈ, ਜੇ ਉਹ ਸਲੋ ਅੰਦਰ ਜਾਏਗੀ ਤਾਂ ਅੰਦਰ ਨਹੀਂ ਜਾ ਪਾਏਗਾ ਲਿਕੁਇਡ, ਉਹ ਤੇਜ਼ੀ ਨਾਲ ਜਾਣਾ ਇੰਜੈਕਟ ਕਰਨਾ ਪੈਣਾ। ਤੋ ਉਹ ਕਨਸੈਪਟ ਇੱਥੇ ਯੂਜ਼ ਹੁੰਦਾ। ਹਾਂ ਇਹ ਮਤਲਬ ਜੇ ਕੰਪਰੈਸਿਵ ਵਾਲਾ ਤਾਂ ਫਿਰ ਉਹ ਨੋਨ ਆਈਡੀਅਲ ਕੇਸ ਹੋ ਗਿਆ ਨਾ, ਉਹ ਹੈ ਤਾਂ ਉਹਦੇ ਲਈ ਵੀ ਐਪਲੀਕੇਬਲ, ਇਹਦੇ 'ਚ ਫਿਰ ਉਹ ਆਹ ਐਗਜੈਕਟਲੀ ਬਰਾਬਰ ਹੋ ਗਿਆ ਨਾ, ਆਹ ਬਰਾਬਰ ਹੋ ਗਿਆ ਐਗਜੈਕਟਲੀ। ਜਿਹੜਾ ਇਨਕੰਪਰੈਸੀਬਲ ਉਹਦੇ ਲਈ ਫਿਰ ਬਰਾਬਰ ਨਹੀਂ ਹੋਣਾ, ਕਿਉਂਕਿ ਉਹ ਸਪੇਸ ਨੂੰ ਕਵਰ ਕਰਨ ਲਈ ਵੀ ਤਾਂ ਐਨਰਜੀ ਵੇਸਟ ਹੋ ਜਾਣੀ ਨਾ, ਉਹ ਆਪਣੇ ਇਨਕੰਪਰੈਸਿਵ ਲਿਕੁਇਡ। ਸਮਝ ਆ ਰਹੀ ਹੈ? ਪੱਕਾ ਗੱਲਾਂ ਕਰਦੇ ਰਹਿੰਦੀਆਂ ਦੋਨੋਂ? ਬਾਕੀ ਕਿੱਥੇ ਗਏ ਅੱਜ? ਸੋ ਇਹ ਰਿਗਾਰਡਿੰਗ ਹੈ ਵਿਦ ਪਾਸਕਲ ਲਾ, ਇੰਪੋਰਟੈਂਟ ਹੈ, ਇਹਦੀ ਐਪਲੀਕੇਸ਼ਨ ਡਿਸਕਸ ਕਰਨੀ ਆ ਸਕਦੀ। ਨੈਕਸਟ ਲਿਖੋ, ਦੇਖੋ ਇੱਕ ਨਾ ਟਰਮ ਆਏਗੀ ਐਟਮੋਸਫੇਰਿਕ ਪ੍ਰੈਸ਼ਰ, ਇੱਕ ਟਰਮ ਆਏਗੀ ਗੇਜ ਪ੍ਰੈਸ਼ਰ, ਇੱਕ ਟਰਮ ਆਏਗੀ ਐਬਸੋਲਿਊਟ ਪ੍ਰੈਸ਼ਰ।
ਅਰਥ ਦੇ ਅਰਾਊਂਡ ਕੀ ਐਗਜ਼ਿਸਟ ਕਰਦਾ? ਐਟਮੋਸਫੀਅਰ। ਐਟਮੋਸਫੀਅਰ ਗੈਸ਼ੀਅਸ ਫਾਰਮ ਚ ਹੀ ਹੈ, ਠੀਕ ਹੈ ਕਿ ਨਹੀਂ? ਤਾਂ ਗੈਸ ਫਲੂਇਡ ਦੀ ਹੀ ਇੱਕ ਐਗਜ਼ਾਮਪਲ ਹੈ ਨਾ। ਫਰਕ ਇਹ ਹੁੰਦਾ ਵਾ ਕਿ ਜਿਹੜਾ ਗੈਸ ਫਲੂਇਡ ਹੈ, ਜੇ ਖਾਸ ਕਰਕੇ ਆਪਾਂ ਅਰਥ ਦੇ ਐਟਮੋਸਫੀਅਰ ਦੀ ਗੱਲ ਕਰੀਏ, ਤਾਂ ਜਿਸ ਤਰ੍ਹਾਂ ਅਸੀਂ ਐਟਮੋਸਫੀਅਰ ਦੇ ਵਿੱਚ ਉੱਪਰ ਨੂੰ ਜਾ ਰਹੇ ਹਾਂ, ਤਾਂ ਜਿਹੜੀ ਹਵਾ ਹੈ ਏਅਰ, ਉਸਦੀ ਡੈਂਸਿਟੀ ਘੱਟ ਰਹੀ ਹੈ, ਘੱਟ ਰਹੀ ਹੈ, ਸੇਮ ਨਹੀਂ ਹੈ, ਇੱਕੋ ਜਿਹੀ ਨਹੀਂ ਹੈ, ਠੀਕ ਹੈ? ਤਾਂ ਜਿਹੜੀਆਂ ਏਅਰ ਦੀਆਂ ਲੇਅਰਸ ਅਰਥ ਦੇ ਸਰਫੇਸ ਦੇ ਨਜ਼ਦੀਕ ਹੈ, ਉੱਥੇ ਏਅਰ ਦੀ ਡੈਂਸਿਟੀ ਜ਼ਿਆਦਾ ਵਾ, ਉੱਪਰ ਜਾਂਦੇ ਹੋਏ ਘੱਟ ਰਹੀ ਹੈ। ਜਿਹੜਾ ਲਿਕੁਇਡ ਹੁੰਦਾ ਨਾ, ਕਿਉਂਕਿ ਅਸੀਂ ਲਿਕੁਇਡ ਅਜ਼ਿਊਮ ਕਰ ਰਹੇ ਹਾਂ ਇਨਕੰਪਰੈਸੀਬਲ, ਜਿਹਨੂੰ ਕੰਪਰੈਸ ਨਾ ਕੀਤਾ ਜਾ ਸਕੇ, ਤਾਂ ਉਹਦੀ ਡੈਂਸਿਟੀ ਫਿਕਸ ਰਹਿੰਦੀ ਹੈ ਹਰ ਜਗ੍ਹਾ ਤੇ ਲਿਕੁਇਡ ਦੇ ਅੰਦਰ। ਤੋ ਐਟਮੋਸਫੇਰਿਕ ਪ੍ਰੈਸ਼ਰ ਦਾ ਕਨਸੈਪਟ ਕਿੱਥੋਂ ਆਇਆ ਪੁੱਤ? ਕਿ ਅਗਰ ਮੈਂ ਡਾਇਗ੍ਰਾਮ ਦੇ ਵਿੱਚ ਥੋੜਾ ਵੱਡੀ ਕਰ ਦੇਣਾ ਅਰਥ ਨੂੰ, ਇਸ ਸਾਈਜ਼ ਦੀ ਕਰਤਾ, ਔਰ ਅਰਥ ਦਾ ਰੇਡੀਅਸ ਕਿੰਨਾ ਵਾ? 6400 ਕਿਲੋਮੀਟਰ, ਹੈ ਨਾ? ਤਾਂ ਜਿਹੜਾ ਅਰਥ ਦਾ ਐਟਮੋਸਫੀਅਰ ਹੈ ਉਹ ਐਵਰੇਜ ਆਲਮੋਸਟ 400 ਕਿਲੋਮੀਟਰ ਤੱਕ ਫੈਲਿਆ ਹੋਇਆ। ਮਤਲਬ ਅਗਰ ਸਾਨੂੰ ਕੋਈ ਕਹੇ ਕਿ ਅਰਥ ਦਾ ਐਟਮੋਸਫੀਅਰ ਕਿੰਨੀ ਹਾਈਟ ਤੱਕ ਮਿਲੇਗਾ, ਤਾਂ ਆਲਮੋਸਟ 400 ਕਿਲੋਮੀਟਰ, ਕਿਤੇ ਜ਼ਿਆਦਾ ਵੀ ਥੋੜ੍ਹਾ ਹੋ ਸਕਦਾ, ਘੱਟ ਵੀ, ਤਾਂ ਆਲਮੋਸਟ 400 ਕਿਲੋਮੀਟਰ। ਤੋ 400 ਕਿਲੋਮੀਟਰ, 6400 ਕਿਲੋਮੀਟਰ ਦਾ ਕੀ ਹੈ, 1/16 ਕੀ ਹੈ? ਤੋ ਮੈਂ ਕੀ ਕਰਨ ਲੱਗਾ ਰਫਲੀ ਜਿਹਾ, ਆ ਲਾਲ ਰੰਗ ਦਾ ਕੀ ਬਣਾਤਾ ਪੁੱਤ, ਇੱਥੇ ਤੱਕ ਅਰਥ ਦਾ ਕੀ ਹੈ, ਐਟਮੋਸਫੀਅਰ ਹੈ, ਇਹ ਅਰਥ ਦਾ ਹਵਾ ਫੈਲੀ ਹੋਈ ਹੈ, ਇਹ ਹਵਾ ਹੈ, ਹੈ ਨਾ? ਹਵਾ ਦਾ ਨਾਂ ਲਿਆ ਠੰਡ ਲੱਗ ਗਈ ਤੈਨੂੰ, ਉਹਨਾਂ ਨੂੰ ਗਰਮੀ ਲੱਗਣ ਲੱਗ ਪਈ ਪਿੱਛੇ। ਦੇਖੋ ਹੁਣ ਪੁੱਤ ਆਪਾਂ ਇੱਥੇ ਹਾਂ, ਇੱਥੇ ਦਾ ਮਤਲਬ ਸਰਫੇਸ ਤੇ, ਬੋਲ ਤੇ ਨਹੀਂ ਹੈ ਆਪਾਂ, ਬਟ ਸਰਫੇਸ ਤੇ ਹੈ ਨਾ ਇਹ ਗੱਲ। ਤੋ ਆ ਕਿਉਂਕਿ ਫਲੂਇਡ ਹੈ, ਅਰਥ ਦਾ ਐਟਮੋਸਫੀਅਰ ਫਲੂਇਡ ਹੀ ਹੈ, ਤੋ ਆਪਾਂ ਫਲੂਇਡ ਦੇ ਅੰਦਰ ਹਾਂ, ਡੈਪਥ ਤੇ ਹਾਂ, ਇਹਦਾ ਮਤਲਬ ਇਸ ਲਾਲ ਰੰਗ ਵਾਲੇ ਪੁਆਇੰਟ ਤੇ ਕੀ ਐਗਜ਼ਿਸਟ ਕਰਨਾ ਚਾਹੀਦਾ, ਪ੍ਰੈਸ਼ਰ। ਕਿਹੜੇ ਫਾਰਮੂਲਾ ਦੇ ਅਕੋਰਡਿੰਗਲੀ ਕੱਢ ਸਕਦੇ ਹਾਂ? ਜਨਰਲੀ ਗੱਲ ਕਰ, ਐਚ ਰੋ ਜੀ ਔਰ ਐਚ ਕੀ ਹੈ, ਡੈਪਥ ਹੋ ਗਈ। ਜੇ ਮੈਂ ਮੰਨ ਲਓ ਕਹਾਂ ਵੀ ਇੱਥੇ ਪ੍ਰੈਸ਼ਰ ਨਿਕਾਲਣਾ ਵਾ, ਤਾਂ ਇੱਥੇ ਪ੍ਰੈਸ਼ਰ ਕਿਉਂ ਹੈ, ਹਵਾ ਕਰਕੇ ਹੈ, ਤਾਂ ਆਹ ਹੋ ਗਈ ਐਚ, ਰਫਲੀ ਗੱਲ ਕਰ ਰਹੇ ਹਾਂ। ਰੋ ਕੀ ਹੋ ਗਈ, ਇਹਦੀ ਏਅਰ ਦੀ, ਹੈ ਨਾ, ਸਮਾਲ ਜੀ ਆ ਗਿਆ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਤੋ ਹੁਣ ਇੱਥੇ ਜਿਹੜਾ ਪ੍ਰੈਸ਼ਰ ਐਗਜ਼ਿਸਟ ਕਰ ਰਿਹਾ ਉਹ ਕਿਹਦੇ ਕਰਕੇ ਕਰ ਰਿਹਾ, ਅਰਥ ਦੇ ਐਟਮੋਸਫੀਅਰ ਕਰਕੇ। ਤੋ ਉਸ ਪ੍ਰੈਸ਼ਰ ਨੂੰ ਕੀ ਕਹਿ ਦਿੰਦੇ ਆ,
एटमॉस्फेरिक प्रेशर, एटमॉस्फेरिक प्रेशर, और अर्थ ने एटमॉस्फेयर के अंदर हर पॉइंट पे की है एटमॉस्फेरिक प्रेशर एग्जिस्ट कर रहा है। हाँ, हाइट के नाल ऊपर जानते हो एटमॉस्फेरिक प्रेशर घटेगा ही, अंडरस्टूड है। भी जे तुसी इतने नीले वाले पॉइंट पे पहुंचोगे तो आ डेप्थ घट जाएगी, डेंसिटी भी घटनी है, जी भी घटनी है, आप फैक्टर नहीं कंसिडर कर रहे। सो कहने का मतलब एटमॉस्फेरिक प्रेशर की है प्रेशर एक्सर्टेड बाय प्रेशर ड्यू टू अर्थ एटमॉस्फेयर इज कॉल्ड एटमॉस्फेरिक प्रेशर। एटमॉस्फेरिक प्रेशर और एटमॉस्फेरिक प्रेशर मेजर करने लिए डिवाइस का नाम की है बैरोमीटर। एटमॉस्फेरिक प्रेशर नू मेजर करने वाले डिवाइस का नाम है बैरोमीटर। और वन एटमॉस्फेरिक प्रेशर दी स्टैंडर्ड वैल्यू स्टैंडर्ड वैल्यू है 1.013 × 10⁵ पास्कल। 1 एटमॉस्फेरिक प्रेशर द एफ नू एसआई कन्वर्ट करना हो तो 1.013 × 10⁵ पास्कल बने, याद रखना ये लोड पैनी है। ठीक है, अच्छा हूं इधर आ जाओ। एग्जाम्पल लेने में अपना देखियो, आ है बेटा एक कंटेनर जिदी ऊपर वाली साइड ओपन है, आप लिक्विड फिल करता है देश। हुन अगर थानू कोई कहे आ जेड़ा पॉइंट ए है, क्या इस पॉइंट ए दे, मैं क्वेश्चन जेड़ा आप पुट कर रहे हैं उन्हें सुनियो, ए पॉइंट दे कोई प्रेशर है, एनी काइंड ऑफ प्रेशर, एटमॉस्फेरिक, क्योंकि अंडरस्टूड है लिक्विड तो ऊपर आ कौन है, हवा ही है, एटमॉस्फेरिक प्रेशर है ना। पर जे मैं कहा क्या ए पॉइंट ते लिक्विड दे करके प्रेशर है, नहीं ना है, क्यों नहीं है, क्योंकि एच रो जी है तो यदि डेप्थ ही कोई नहीं, समझ आई है ना गल। अच्छा अगर मैं थानू बोला भी इतने आ जाओ बी दे, बी पॉइंट दे लिक्विड करके प्रेशर है कितना, एच रो जी, ठीक है।
ਬੀ ਪੁਆਇੰਟ ਤੇ ਟੋਟਲ ਪ੍ਰੈਸ਼ਰ ਕਿੰਨਾ ਵਾ? ਟੋਟਲ ਪ੍ਰੈਸ਼ਰ ਜਿਸ ਨੂੰ ਐਬਸੋਲਿਊਟ ਪ੍ਰੈਸ਼ਰ ਵੀ ਕਹਿੰਦੇ ਆ। ਤਾਂ ਐਬਸੋਲਿਊਟ ਪ੍ਰੈਸ਼ਰ ਦਾ ਮਤਲਬ ਵੀ ਆਪਾਂ ਦੇਖ ਰਹੇ ਹਾਂ ਕਿ ਬੀ ਪੁਆਇੰਟ ਦੇ ਉੱਪਰ ਸਿਰਫ ਲਿਕੁਇਡ ਹੀ ਨਹੀਂ ਹੈ, ਹਵਾ ਵੀ ਹੈ, ਹੈਨਾ? ਜਿਹੜਾ ਬੀ ਪੁਆਇੰਟ ਹੈ ਉਹਦੇ ਉੱਪਰ ਲਿਕੁਇਡ ਦੇ ਨਾਲ ਨਾਲ ਹਵਾ ਵੀ ਹੈ। ਇਹਦਾ ਮਤਲਬ ਬੀ ਪੁਆਇੰਟ ਤੇ ਟੋਟਲ ਪ੍ਰੈਸ਼ਰ ਕੀ ਹੋ? ਐਟਮੋਸਫੇਰਿਕ ਪਲੱਸ ਲਿਕੁਇਡ ਦਾ ਪ੍ਰੈਸ਼ਰ, ਇਹੀ ਹੋ। ਤਾਂ ਜਦੋਂ ਵੀ ਤੁਸੀਂ ਕਿਸੇ ਪੁਆਇੰਟ ਤੇ ਐਬਸੋਲਿਊਟ ਪ੍ਰੈਸ਼ਰ ਨਿਕਾਲਣਾ ਵਾ, ਤਾਂ ਐਬਸੋਲਿਊਟ ਪ੍ਰੈਸ਼ਰ ਕਿੱਦਾਂ ਨਿਕਾਲਣਾ? ਟੋਟਲ ਪ੍ਰੈਸ਼ਰ, ਟੋਟਲ ਮਤਲਬ ਇਨਕਲੂਡਿੰਗ ਐਟਮੋਸਫੇਰਿਕ, ਠੀਕ ਹੈ? ਤੋ ਐਬਸੋਲਿਊਟ ਪ੍ਰੈਸ਼ਰ ਮੀਨਸ ਟੋਟਲ ਪ੍ਰੈਸ਼ਰ ਇਨਕਲੂਡਿੰਗ ਐਟਮੋਸਫੇਰਿਕ ਪ੍ਰੈਸ਼ਰ। ਲਿਖੋ ਪਹਿਲਾਂ ਐਬਸੋਲਿਊਟ ਪ੍ਰੈਸ਼ਰ ਬਾਰੇ ਲਿਖ ਲਓ। ਐਬਸੋਲਿਊਟ ਪ੍ਰੈਸ਼ਰ ਕੀ ਹੈ? ਐਬਸੋਲਿਊਟ ਪ੍ਰੈਸ਼ਰ ਪੀ ਐਬਸੋਲਿਊਟ, ਮੈਂ ਇਹਦਾ ਲਿਖ ਦਿੰਦਾ। ਐਬਸੋਲਿਊਟ ਪ੍ਰੈਸ਼ਰ ਦਾ ਮਤਲਬ ਟੋਟਲ ਪ੍ਰੈਸ਼ਰ ਇਨਕਲੂਡਿੰਗ ਐਟਮੋਸਫੇਰਿਕ ਪ੍ਰੈਸ਼ਰ। ਅੱਛਾ ਹੁਣ ਆ ਜਾਓ ਇੱਧਰ। ਅਗਰ ਮੈਂ ਤੁਹਾਨੂੰ ਕਹਾਂ ਬੀ ਪੁਆਇੰਟ ਤੇ, ਸੁਣੋ, ਬੀ ਪੁਆਇੰਟ ਤੇ ਗੇਜ ਪ੍ਰੈਸ਼ਰ ਕਿੰਨਾ? ਕਿਸੇ ਵੀ ਪੁਆਇੰਟ ਤੇ ਜਦੋਂ ਤੁਹਾਨੂੰ ਕਿਹਾ ਜਾਂਦਾ ਨਾ ਗੇਜ ਪ੍ਰੈਸ਼ਰ ਮੇਜਰ ਕਰੋ, ਗੇਜ ਪ੍ਰੈਸ਼ਰ ਮੀਨਸ ਟੋਟਲ ਪ੍ਰੈਸ਼ਰ ਐਕਸਕਲੂਡਿੰਗ ਐਟਮੋਸਫੇਰਿਕ, ਐਟਮੋਸਫੇਰਿਕ ਨੂੰ ਕੰਸੀਡਰ ਨਾ ਕਰਦੇ ਹੋਏ ਬਾਕੀ ਜਿਹੜਾ ਟੋਟਲ ਪ੍ਰੈਸ਼ਰ। ਹੁਣ ਗੌਰ ਕਰੋ, ਬੀ ਪੁਆਇੰਟ ਦੇ ਉੱਪਰ ਦੋ ਹੀ ਤਾਂ ਚੀਜ਼ਾਂ ਵਾ, ਇੱਕ ਲਿਕੁਇਡ ਹੈ ਉੱਪਰ ਹਵਾ ਆ, ਅਤੇ ਹਵਾ ਦਾ ਪ੍ਰੈਸ਼ਰ ਤਾਂ ਐਟਮੋਸਫੇਰਿਕ ਹੈ, ਉਹ ਮੰਨਣਾ ਨਹੀਂ ਗੇਜ 'ਚ, ਬਚਿਆ ਕੀ ਫਿਰ ਲਿਕੁਇਡ ਦਾ ਹੀ ਬਚਿਆ, ਉਹਨੂੰ ਗੇਜ ਪ੍ਰੈਸ਼ਰ ਕਹਿੰਦਾ। ਗੇਜ ਪ੍ਰੈਸ਼ਰ ਮੀਨਸ ਟੋਟਲ ਪ੍ਰੈਸ਼ਰ ਐਕਸਕਲੂਡਿੰਗ ਐਟਮੋਸਫੇਰਿਕ ਪ੍ਰੈਸ਼ਰ। ਗੇਜ ਪ੍ਰੈਸ਼ਰ ਕੀ ਹੈ? ਟੋਟਲ ਪ੍ਰੈਸ਼ਰ ਐਕਸਕਲੂਡਿੰਗ ਗੇਜ ਐਕਸਕਲੂਡਿੰਗ ਐਟਮੋਸਫੇਰਿਕ ਪ੍ਰੈਸ਼ਰ। ਹਾਂ, ਇਹਨੂੰ ਪੀ ਜੀ ਕਰਤਾ ਹੈ। ਹੁਣ ਗੱਲ ਸਮਝਿਓ, ਆ ਕੀ ਹੈ ਐਬਸੋਲਿਊਟ ਪ੍ਰੈਸ਼ਰ, ਆ ਕੀ ਹੈ, ਆ ਕੀ ਹੈ ਐਟਮੋਸਫੇਰਿਕ ਪ੍ਰੈਸ਼ਰ। ਜਦੋਂ ਹਾਂ ਦੇਖਿਓ, ਇਹ ਤੋਂ ਗੱਲ ਸਮਝ ਆਈ ਤੁਹਾਨੂੰ, ਜਦੋਂ ਮੈਂ ਕਿਹਾ ਟੋਟਲ ਪ੍ਰੈਸ਼ਰ ਐਟਮੋਸਫੇਰਿਕ ਨੂੰ ਕੰਸੀਡਰ ਕਰਦੇ ਹੋਏ, ਤਾਂ ਉਹ ਬੇਸਿਕਲੀ ਕਿਹੜਾ ਪ੍ਰੈਸ਼ਰ ਹੈ? ਇਹ ਐਬਸੋਲਿਊਟ। ਤੇ ਜਦੋਂ ਮੈਂ ਕਿਹਾ ਟੋਟਲ ਪ੍ਰੈਸ਼ਰ ਪਰ ਇਹਨੂੰ ਨਹੀਂ ਕੰਸੀਡਰ ਕਰਨਾ, ਤਾਂ ਉਹ ਕੀ ਹੈ?
ਗੇਜ ਪ੍ਰੈਸ਼ਰ ਇਹਦਾ ਕੀ ਮਤਲਬ ਬਣਿਆ? ਇਹ ਗੇਜ ਪ੍ਰੈਸ਼ਰ ਕੀ ਹੈ? ਪੀ ਟੋਟਲ ਪ੍ਰੈਸ਼ਰ ਹੈ ਪਰ ਇਹਦੇ ਚ ਐਟਮੋਸਫੇਰਿਕ ਨਹੀਂ ਨਾ ਹੈ, ਇਹਦੇ ਚ ਉਹ ਪੀਜੀ ਹੈ, ਤਾਂ ਪੀਜੀ ਕੀ ਬਣ ਗਿਆ? ਐਬਸੋਲਿਊਟ ਮਾਈਨਸ गेज प्रेशर डिफरेंस बिटवीन एब्सोल्यूट प्रेशर माइनस एटमॉस्फेयर। अच्छा इधर लिख लो, गेज प्रेशर इज मेजर्ड विद a device known as manometer. Manometer naal measure kar. Manometer. Jadon Activa ch hawa bharande nahi hai. Activa de vich hawa bharai tire ch. Ta oh jehda mechanic ne hath de vich ਗੇਜ ਪਕੜੀ ਹੋਈ ਹੈ ਜਿਹਦੇ ਨਾਲ ਮੇਜਰ ਕਰਦਾ ਪ੍ਰੈਸ਼ਰ, ਉਹ ਕੀ ਹੈ? ਮੈਨੋਮੀਟਰ। ਉਹ ਕੀ ਮੇਜਰ ਕਰ ਰਿਹਾ? ਗੇਜ ਪ੍ਰੈਸ਼ਰ ਮਤਲਬ ਟਾਇਰ ਦੇ ਅੰਦਰ ਵਾਲੀ ਹਵਾ ਦਾ ਪ੍ਰੈਸ਼ਰ ਦੱਸ ਰਿਹਾ ਤੁਹਾਨੂੰ, ਅੰਦਰ ਵਾਲੀ ਹਵਾ। ਤੋ ਹੁਣ ਨੈਕਸਟ ਲਿਖੋ, ਇਹ ਆਈਡੀਆ ਹੋ ਗਿਆ ਥੋੜਾ ਜਿਹਾ। ਹੁਣ ਬੇਟਾ ਲਿਖੋ ਇਤਿਆਦੀ ਟਰਮ, ਐਕਸਪੈਰੀਮੈਂਟ ਆਪਾਂ ਵੀ ਪਰਫੋਰਮ ਕਰ ਸਕਦੇ ਹਾਂ। ਇਹਦੇ ਲਈ ਕੀ ਕਰਨਾ ਵਾ? ਤੁਹਾਨੂੰ ਇੱਕ ਚਾਹੀਦੀ ਹੈ ਇੱਕ ਟਰਫ। ਟਰਫ ਕਿੱਦਾਂ ਦੀ ਹੁੰਦੀ ਭਲਾ? ਜਿੱਦਾਂ ਆਪਾਂ ਘਰ ਦੇ ਵਿੱਚ ਆਟਾ ਗੁੰਨਣ ਲਈ ਪਰਾਤ ਨਹੀਂ ਹੁੰਦੀ, ਸਾਈਡਾਂ ਥੋੜੀਆਂ ਜ਼ਿਆਦਾ ਨਾ ਉੱਚੀਆਂ ਹੋਣ, ਉਸ ਤਰ੍ਹਾਂ ਦੀ ਹੋ ਗਈ ਟਰਫ। ਇਹਨੂੰ ਕਾਹਦੇ ਨਾਲ ਫਿਲ ਕਰਦੇ ਹਾਂ? ਲਿਕੁਇਡ ਨਾਲ, ਕਿਸੇ ਵੀ ਲਿਕੁਇਡ ਨਾਲ। ਪਰ ਅਸੀਂ ਪ੍ਰੈਫਰ ਕਰਾਂਗੇ ਉਹ ਲਿਕੁਇਡ ਜਿਸ ਦੀ ਡੈਂਸਿਟੀ ਮੈਕਸੀਮਮ ਹੋਏ, ਮਰਕਰੀ, ਉਹਨੂੰ ਪ੍ਰੈਫਰ ਕਰਦੇ। ਉਹਦਾ ਕਾਰਨ ਕੀ ਹੈ? ਪ੍ਰੈਸ਼ਰ ਕਿਹਦੇ ਬਰਾਬਰ ਹੈ? ਐਚ ਰੋ ਜੀ, ਐਚ ਰੋ ਜੀ। ਹੁਣ ਕਿਸੇ ਵੀ ਜਗ੍ਹਾ ਦਾ ਪ੍ਰੈਸ਼ਰ ਤਾਂ ਫਿਕਸ ਹੀ ਹੋਏਗਾ, ਸੋਚ ਕੇ ਦੇਖੋ। ਜਿਸ ਜਗ੍ਹਾ ਤੁਸੀਂ ਪ੍ਰੈਸ਼ਰ ਮੇਜਰ ਕਰਨਾ, ਉਹ ਪ੍ਰੈਸ਼ਰ ਕੀ ਹੋਏਗਾ? ਫਿਕਸ, ਮਤਲਬ ਫਿਕਸ। ਔਰ ਉਸ ਜਗ੍ਹਾ ਤੇ ਜੀ ਵੀ ਕੀ ਹੋਏਗੀ? ਫਿਕਸ। ਇਹਦਾ ਮਤਲਬ ਉਸ ਜਗ੍ਹਾ ਤੇ ਐਚ ਤੇ ਰੋ ਦਾ ਪ੍ਰੋਡਕਟ ਕੀ ਆਏਗਾ? ਕਾਂਸਟੈਂਟ। ਉਹ ਕਿਉਂ? ਕਿਉਂਕਿ ਜੇ ਲੈਫਟ ਸਾਈਡ ਕਾਂਸਟੈਂਟ ਹੈ ਤਾਂ ਰਾਈਟ ਵੀ। ਹੁਣ ਐਚ ਔਰ ਰੋ ਦਾ ਪ੍ਰੋਡਕਟ ਕਾਂਸਟੈਂਟ ਆਉਣ ਦਾ ਕੀ ਮਤਲਬ ਹੈ?
ਵੀ ਜੇ ਡੈਂਸਿਟੀ ਜ਼ਿਆਦਾ ਹੋਏਗੀ ਤਾਂ H ਘੱਟ ਹੋਏਗਾ, ਤੇ ਜੇ ਡੈਂਸਿਟੀ ਘੱਟ ਹੋਏਗੀ ਤਾਂ H ਜ਼ਿਆਦਾ ਹੋਏਗਾ। ਠੀਕ ਹੈ, ਤੋ ਅਸੀਂ ਕਨਵੀਨੀਅੰਟ ਉਹ ਪ੍ਰੈਫਰ ਕਰਦੇ ਹਾਂ ਲਿਕੁਇਡ ਜਿਹਦੀ ਡੈਂਸਿਟੀ ਜ਼ਿਆਦਾ ਹੋਏ ਤਾਂ ਕਿ H ਘੱਟ ਹੋਏ। ਉਹ ਕਿਉਂ ਆ ਹੁਣ ਗੱਲ ਸਮਝ ਆਏ? ਹੁਣ ਆਹ ਦੇਖੋ, ਇੱਧਰ ਹੁਣ ਤੁਸੀਂ ਕੀ ਕਰੋ, ਇਸ ਟਰੱਕ ਨੂੰ ਮਰਕਰੀ ਲਿਕੁਇਡ ਨਾਲ ਫਿਲ ਕਰ ਦਿਓ, ਮਰਕਰੀ ਨਾਲ ਫਿਲ ਕਰ ਮਰਕਰੀ, ਤੇ ਨਾਲ ਕੀ ਕਰੋ 1 meter ਲੌਂਗ 1 meter ਲੰਬੀ ਟਿਊਬ ਲੈ ਲਓ, ਗਲਾਸ ਟਿਊਬ। ਠੀਕ ਹੈ, ਉਹਦੇ 'ਤੇ ਸਕੇਲ ਬਣੀ ਹੋਵੇ 0, 1, 2, 3 ਸੈਂਟੀਮੀਟਰ ਲਿਖਿਆ ਹੋਵੇ। 1 meter ਲੰਬੀ ਗਲਾਸ ਟਿਊਬ ਲਓ, ਉਸ ਟਿਊਬ ਦਾ 1 end ਕਲੋਜ਼ ਹੋਏ, ਦੂਸਰਾ ਓਪਨ ਹੋਏ, ਅਤੇ ਓਪਨ ਐਂਡ 'ਚ ਕੀ ਕਰੋ, ਮੰਨ ਲਓ ਆ ਗਲਾਸ ਟਿਊਬ ਹੈ, ਓਪਨ ਹੈ ਨਾ ਸਾਈਡ, ਮਰਕਰੀ ਪਾ ਕੇ ਪੂਰੀ ਭਰਤੀ, ਪੂਰੀ ਭਰਨ ਤੋਂ ਬਾਅਦ ਹੈ ਨੱਕੋ ਨੱਕ ਮਰਕਰੀ ਡੁੱਬਣ ਲੱਗ ਪਏ ਬਾਹਰ, ਤਾਂ ਕਿ ਹਵਾ ਕੋਈ ਨਾ ਬਚੇ ਵਿੱਚ, ਅਤੇ ਹੱਥ ਦੇ ਨਾਲ ਅੰਗੂਠੇ ਨਾਲ ਇਹਨੂੰ ਕੀ ਕਰਤਾ ਬੰਦ, ਔਰ ਮਰਕਰੀ ਭਰਨ ਤੋਂ ਬਾਅਦ ਇਹਨੂੰ ਉਲਟਾ ਕਰਤਾ। ਹੁਣ ਹੱਥ ਰੱਖਿਆ ਇਹਨੇ, ਡੁੱਬਣਾ ਤਾਂ ਹੈ ਨਹੀਂ ਚੰਗੀ ਤਰ੍ਹਾਂ ਨਾਲ, ਅਤੇ ਇਹਨੂੰ ਜਾ ਕੇ ਇੱਦਾਂ ਟਰੱਫ ਦੇ ਵਿੱਚ ਟਿਕਾ, ਟਰੱਫ ਦੇ ਅੰਦਰ ਟਿਕਾਉਣ ਤੋਂ ਬਾਅਦ ਛੱਡਣੀ ਹੈ ਬਾਹਰ, ਨਹੀਂ ਤਾਂ ਹਵਾ ਭਰ ਜਾਣੀ ਵਿੱਚ। ਤੋ ਜਦੋਂ ਅੰਦਰ ਟਿਕਾਉਣ ਤੋਂ ਬਾਅਦ ਛੱਡੀ ਔਰ ਇਹਨੂੰ ਇੱਦਾਂ ਖੜੀ ਕਰਤਾ, ਸਾਰਾ ਅਰੇਂਜਮੈਂਟ ਕੀਤਾ, ਤਾਂ ਇੱਥੇ ਤੱਕ ਭਰੀ ਸੀ ਲਿਕੁਇਡ ਪੂਰੀ, ਜਿੱਦਾਂ ਹੀ ਉਲਟੀ ਕਰਕੇ ਇਹਨੂੰ ਟਿਕਾ ਕੇ ਛੱਡਾਂਗੇ ਹੱਥ ਨੂੰ, ਤਾਂ ਮਰਕਰੀ ਥੋੜ੍ਹੀ ਦੇਰ ਲਈ ਤਾਂ ਨੀਚੇ ਆਏਗੀ, ਪਰ 1 level 'ਤੇ ਆ ਕੇ ਕੀ ਹੋ ਗਈ, ਫਿਕਸ ਹੋ ਗਿਆ ਲੈਵਲ। ਹੁਣ ਬਾਹਰ ਮਰਕਰੀ ਦਾ ਲੈਵਲ ਆਇਆ, ਅੰਦਰ ਆਹ ਲੈਵਲ ਹੈ, ਆਪਾਂ ਇਹ ਐਚ ਕਰ ਸਕਦੇ ਹਾਂ ਜਾਂ ਨੋਟ ਕਰ ਸਕਦੇ ਹਾਂ? ਉਹ ਸਾਰਾ ਇੰਤਜ਼ਾਮ ਕੀਤਾ ਵਾ ਸਕੇਲ ਦੇ ਨਾਲ, ਐਚ ਨੋਟ ਕਰ ਲਿਆ। ਜਦੋਂ ਇਹ ਐਚ ਨੋਟ ਕਰ ਲਿਆ ਤਾਂ ਇਸਦੀ ਵੈਲਿਊ, ਸਟੈਂਡਰਡ ਵੈਲਿਊ ਆਏਗੀ, ਜਾਂ 76 centimeters ਸਟੈਂਡਰਡ। ਹੁਣ ਇਹਦਾ ਮਤਲਬ ਕੀ, ਇਹਦਾ ਮਤਲਬ ਧਿਆਨ ਦੇਈਓ, ਹੁਣ ਪਾਸਕਲ ਲਾਅ ਨੂੰ ਆਪਾਂ 3 ਤਰ੍ਹਾਂ ਨਾਲ ਨਹੀਂ ਸਟੇਟ ਕੀਤਾ ਸੀ, ਕਿਹੜਾ ਕਿਹੜਾ ਕੀ ਕਿਹਾ ਸੀ? ਹਾਂ, ਆਧੁਨਿਕ ਕਿਸੇ ਵੀ ਲਿਕੁਇਡ ਦੇ ਅੰਦਰ ਜਿੰਨੇ ਵੀ ਪੁਆਇੰਟਸ ਸੇਮ ਹੋਰੀਜ਼ੋਂਟਲ ਲੈਵਲ ਤੇ ਆ, ਸਭ ਦਾ ਪ੍ਰੈਸ਼ਰ ਸੇਮ। ਹੁਣ ਧਿਆਨ ਦਿਓ ਖੁਦ ਇੱਧਰ ਗੱਲ ਨੂੰ, ਇਹ ਬੜੀ ਇੰਪੋਰਟੈਂਟ ਗੱਲ ਹੈ। ਹੁਣ ਆ ਦੇਖਿਓ, ਮੈਂ ਨਾ ਇੱਥੇ ਰੈਡ ਕਲਰ ਦੀ ਏ ਡੋਟ ਲਗਾਈ, ਨਜ਼ਰ ਆਈ ਏ ਡੋਟ ਮਰਕਰੀ ਦੇ ਅੰਦਰ ਹੈ, ਬਟ ਜਸਟ ਬਿਲੋ ਹੀ ਹੈ, ਹਲਕਾ ਜਿਹਾ ਅੰਦਰ। ਤੋ ਆਪਾਂ ਕਹਿ ਸਕਦੇ ਹਾਂ ਕਿ ਏ ਪੁਆਇੰਟ ਤੋਂ ਉੱਪਰ ਮਰਕਰੀ ਹੈ, ਆਲਮੋਸਟ 0 ਹੀ ਹੈ। ਉੱਪਰ ਕੌਣ ਹੈ ਇਹ ਤੋਂ? ਐਟਮੋਸਫੀਅਰ ਹੀ ਹੈ,
ਇਹਦਾ ਮਤਲਬ A ਪੁਆਇੰਟ ਤੇ ਐਬਸੋਲਿਊਟ ਪ੍ਰੈਸ਼ਰ ਕਿੰਨਾ ਹੋਏਗਾ? ਐਟਮੋਸਫੇਰਿਕ। ਤੋਂ ਪ੍ਰੈਸ਼ਰ ਐਟ A ਹੋਏਗਾ ਐਟਮੋਸਫੇਰਿਕ ਦੇ ਬਰਾਬਰ, ਠੀਕ ਹੈ। ਪਰ A ਪੁਆਇੰਟ ਹੈ ਕਿੱਥੇ? ਮਰਕਰੀ ਦੇ ਅੰਦਰ ਹੈ, ਜਸਟ ਬਿਲੋ, ਹਲਕਾ ਜਿਹਾ ਅੰਦਰ ਹੈ, ਪਰ ਹੈ ਮਰਕਰੀ ਦੇ ਅੰਦਰ। ਹੁਣ ਇਸੇ ਹੀ ਆ ਪੁਆਇੰਟ ਕੰਸੀਡਰ ਕਰੋ B। ਇਹ ਪੁਆਇੰਟ ਵੀ ਤਾਂ ਮਰਕਰੀ 'ਚ ਹੀ ਹੈ ਕਿ ਨਹੀਂ? ਤੋ ਦੋਨਾਂ ਦਾ ਲੈਵਲ ਹੋਰੀਜ਼ੋਂਟਲ ਸੇਮ। ਹੁਣ B ਪੁਆਇੰਟ ਤੇ ਕੋਈ ਪ੍ਰੈਸ਼ਰ ਹੈ? ਸਿਰਫ B ਪੁਆਇੰਟ ਤੇ ਐਬਸੋਲਿਊਟ ਪ੍ਰੈਸ਼ਰ ਕਿਹਦੇ ਬਰਾਬਰ ਹੈ? ਲਿਕੁਇਡ ਕਰਕੇ ਹੀ ਹੈ। ਇੱਥੇ ਕੋਈ ਐਟਮੋਸਫੀਅਰ ਹੈ, ਉਹ ਕਿਉਂ ਨਹੀਂ? ਕਿਉਂਕਿ ਜਦੋਂ ਆਪਾਂ ਐਕਸਪੈਰੀਮੈਂਟ ਕੀਤਾ ਸੀ ਪੂਰੀ ਟਿਊਬ ਨੂੰ ਮਰਕਰੀ ਨਾਲ ਫਿਲ ਕਰਕੇ ਮਰਕਰੀ ਦੇ ਅੰਦਰ ਜਾ ਕੇ ਹੱਥ ਛੱਡਿਆ ਸੀ ਤਾਂ ਕਿ ਹਵਾ ਜਾਏ ਹੀ ਨਾ। ਇਟ ਮੀਨਸ ਇਹ ਵੈਕਿਊਮ ਹੈ, ਇੱਥੇ ਕੋਈ ਐਟਮੋਸਫੀਅਰ ਨਹੀਂ ਹੈ, ਹਵਾ ਨਹੀਂ ਭਰਨ ਦਿੱਤੀ। ਇਹਨੂੰ ਟੋਰੀਸੀਲੀ ਵੈਕਿਊਮ ਕਹਿ ਦਿੰਦੇ ਆ। ਤੋ ਐਟਮੋਸਫੇਰਿਕ ਪ੍ਰੈਸ਼ਰ ਤਾਂ ਅੰਦਰ ਹੈ ਨਹੀਂ, ਸਾਰਾ ਲੈਵਲ ਕਿਹੜਾ ਦਾ? ਆਹ ਮਰਕਰੀ ਦਾ ਵਾ, ਹੈ ਨਾ। ਤੋ B ਪੁਆਇੰਟ ਤੇ ਐਟਮੋਸਫੇਰਿਕ ਪ੍ਰੈਸ਼ਰ B ਪੁਆਇੰਟ ਤੇ ਐਬਸੋਲਿਊਟ ਪ੍ਰੈਸ਼ਰ ਕੀ ਹੋਏਗਾ? ਪ੍ਰੈਸ਼ਰ ਡਿਊ ਟੂ ਲਿਕੁਇਡ ਪਲੱਸ ਐਟਮੋਸਫੇਰਿਕ ਹੋ ਨਹੀਂ ਹੋਣਾ। ਕਿਉਂ ਨਹੀਂ ਹੋਣਾ? ਐਟਮੋਸਫੇਰਿਕ ਵੈਕਿਊਮ ਹੈ ਉੱਪਰ, ਬਾਕੀ ਆ ਗਲਾਸ ਨੇ ਕਵਰ ਕੀਤਾ ਹੀ ਹੋਇਆ। ਹੁਣ A ਔਰ B ਪੁਆਇੰਟਸ ਦੋਨੋਂ ਸੇਮ ਹੋਰੀਜ਼ੋਂਟਲ ਲੈਵਲ ਤੇ ਪਾਸਕਲ ਲਾ ਦੇ ਅਕੋਰਡਿੰਗਲੀ ਆ ਦੋਨੋਂ ਪ੍ਰੈਸ਼ਰਸ, ਤੋ ਐਟਮੋਸਫੇਰਿਕ ਪ੍ਰੈਸ਼ਰ ਕਿਹਦੇ ਬਰਾਬਰ ਹੋ ਗਿਆ? P ਦੇ। ਔਰ ਇਹ P ਪ੍ਰੈਸ਼ਰ ਕੀ ਹੈ? H ਰੋ ਜੀ। H ਕਿੰਨੀ ਹੈ? 76 ਸਟੈਂਡਰਡ ਵੈਲਿਊ। ਰੋ ਮਰਕਰੀ ਦੀ ਡੈਂਸਿਟੀ, ਇਹਦਾ ਕੰਮ ਬੜੀ ਜਗ੍ਹਾ ਨਾ, ਤੋ ਡੈਂਸਿਟੀ ਆਫ ਮਰਕਰੀ ਕੁਟ ਭੁੱਲਣੀ ਨਹੀਂ, 13.6 × 10³ ਕੇਜੀ ਪਰ ਕਿਊਬ। ਔਰ ਜੀ ਦੀ ਵੈਲਿਊ 9.8। ਜਦੋਂ ਇਹਨੂੰ ਸੋਲਵ ਕਰੋਗੇ ਤਾਂ ਇਹ 1.013 × 10³ ਇੰਨਾ।
ਗੱਲ ਸਮਝੋ, ਬੜੀ ਵਾਰ ਨਾ ਜੋ ਪ੍ਰੈਸ਼ਰ ਦੀ ਵੈਲਿਊ ਹੈ, ਗੱਲ ਸੁਣ ਲਓ, ਬੜੀ ਵਾਰ ਪ੍ਰੈਸ਼ਰ ਦੀ ਵੈਲਿਊ ਡਾਇਰੈਕਟਲੀ ਪਾਸਕਲ ਜਾਂ ਨਿਊਟਨ ਪਰ ਸਕੁਅਰ ਮੀਟਰ ਦੀ ਜਗ੍ਹਾ ਨਾ ਹਾਈਟ ਦੀ ਟਰਮ ਚ ਹੋਏਗੀ, ਹਾਈਟ ਆਫ ਲਿਕੁਇਡ ਬਲਬ। ਮੰਨ ਲਓ ਤੁਹਾਨੂੰ ਕਹਿੰਦਾ ਕਿ ਇੱਕ ਜਗ੍ਹਾ ਤੇ ਪ੍ਰੈਸ਼ਰ ਹੈ 10 millimeter ਆਫ ਮਰਕਰੀ ਕੋਲ, ਤਾਂ ਪ੍ਰੈਸ਼ਰ ਦੀ ਵੈਲਿਊ ਪਾਸਕਲ ਚ ਨਹੀਂ ਦਿੱਤੀ, 10 millimeter ਹਾਈਟ ਦੀ ਟਰਮ ਚ ਦਿੱਤੀ, ਪਰ ਹਾਈਟ ਕਿਹਦੀ? ਮਰਕਰੀ ਲਿਕੁਇਡ ਦੀ। ਤਾਂ ਅਸੀਂ ਉਸਨੂੰ ਪਾਸਕਲ ਚ ਕਿੰਨਾ ਕਨਵਰਟ ਕਰ ਲੈਣਾ? ਐਚ ਰੋ ਜੀ ਤੋਂ ਐਚ ਕਿੰਨਾ ਲੈਣਾ? 10 millimeter, ਉਹਦੇ ਮੀਟਰ ਬਣਾ ਲੈਣੇ। ਰੋ ਕੀ ਲਵਾਂਗੇ? ਮਰਕਰੀ ਦੀ ਡੈਂਸਿਟੀ ਜੀ 9.8 ਹੈ ਨਾ। ਅੱਛਾ, ਤੇ ਜੇ ਉਹ ਮੈਨੂੰ ਕਹੇ ਕਿ ਪ੍ਰੈਸ਼ਰ ਦੀ ਵੈਲਿਊ ਹੈ 10 millimeter ਆਫ ਵਾਟਰ ਕੋਲਮ, ਤਾਂ ਫਿਰ ਪ੍ਰੈਸ਼ਰ ਕਿੰਨਾ ਪਾਸਕਲ ਚ ਕੱਢਣਾ? ਐਚ ਰੋ ਜੀ ਤੋਂ ਹੀ ਕੱਢਣਾ। ਪਰ ਐਚ ਕਿੰਨਾ ਲੈਣਾ? 10 millimeter, ਪਰ ਰੋ ਡੈਂਸਿਟੀ ਆਫ ਵਾਟਰ ਲੈਣੀ ਹੈ, ਸਮਝ ਗਏ ਨਾ। ਤੋ ਅਗਰ ਤੁਹਾਨੂੰ ਲਿਕੁਇਡ ਦੀ ਹਾਈਟ ਦੀ ਟਰਮ ਚ ਪ੍ਰੈਸ਼ਰ ਦਿੱਤਾ ਹੋਏ, ਤਾਂ ਤੁਸੀਂ ਉਹ ਪ੍ਰੈਸ਼ਰ ਨੂੰ ਪਾਸਕਲ ਚ ਕਨਵਰਟ ਕਿੱਦਾਂ ਕਰਨਾ? ਐਚ ਰੋ ਜੀ ਦਾ, ਔਰ ਐਚ ਉਸ ਲਿਕੁਇਡ ਦੀ ਜੋ ਹਾਈਟ ਗਿਵਨ ਹੈ ਉਹ ਲੈਣੀ ਹੈ, ਤੇ ਰੋ ਉਸ ਲਿਕੁਇਡ ਦੀ ਡੈਂਸਿਟੀ ਯੂਜ਼ ਕਰਨੀ ਹੈ, ਧਿਆਨ ਰੱਖਣਾ। ਅੱਛਾ, ਹੁਣ ਇੱਧਰ ਆਓ, ਇੱਕ ਗੱਲ ਸੁਣੋ। ਆਪਾਂ ਜਿਹੜਾ ਇੱਕ ਓਰੀਜਨਲੀ ਐਕਸਪੈਰੀਮੈਂਟ ਇੱਥੇ ਡਿਸਕਸ ਕੀਤਾ, ਕਾਹਦੇ ਲਈ ਕੀਤਾ, ਕਿਸ ਪਰਪਸ ਲਈ? ਐਟਮੋਸਫੇਰਿਕ ਪ੍ਰੈਸ਼ਰ ਨਿਕਾਲਣਾ। ਔਰ ਇਹਦੇ ਲਈ ਅਸੀਂ ਕਿਹੜਾ ਲਿਕੁਇਡ ਯੂਜ਼ ਕੀਤਾ? ਮਰਕਰੀ, ਮਰਕਰੀ ਕੀਤਾ, ਠੀਕ ਹੈ। ਅੱਛਾ, ਜੇ ਅਸੀਂ ਇੱਥੇ ਦੇਖੋ ਨੋਟ ਕਰਕੇ, ਇਫ ਵਾਟਰ ਵਾਰ ਯੂਜ਼ਡ, ਇਫ ਵਾਟਰ ਵਰ ਯੂਜ਼ਡ, ਅਗਰ ਪਾਣੀ ਯੂਜ਼ ਕੀਤਾ ਗਿਆ ਹੋਵੇ ਇਨ ਦਾ ਅਬਵ ਐਕਸਪੈਰੀਮੈਂਟ, ਦੈਨ ਤਾਂ ਫਿਰ ਕੀ ਹੋਣਾ ਸੀ? ਫਿਰ ਹਾਈਟ ਕਿੰਨੀ ਹੋਣੀ ਸੀ? ਕੁਦਰ ਹੁਣ ਦੇਖੋ, ਚਾਹੇ ਇਹਦੇ ਅੰਦਰ ਮਰਕਰੀ ਹੈ, ਚਾਹੇ ਪਾਣੀ ਹੈ, ਜਾਂ ਕੋਈ ਹੋਰ ਲਿਕੁਇਡ ਹੈ, ਤਾਂ ਐਚ ਰੋ ਜੀ ਤਿੰਨਾਂ ਦਾ ਪ੍ਰੋਡਕਟ ਕਿਹਦੇ ਬਰਾਬਰ ਆਉਣਾ ਸੀ? ਐਟਮੋਸਫੇਰਿਕ ਦੇ ਆਉਣਾ ਸੀ। ਮਤਲਬ ਦੈਨ ਐਚ ਇਜ ਇਕੁਅਲ ਟੂ ਹੁਣ ਕਿਆ ਪਾਣੀ ਵਰਤਣ ਦੇ ਨਾਲ ਇਹਦੀ ਵੈਲਿਊ ਚ ਕੋਈ ਫਰਕ ਪੈਣਾ ਸੀ ਐਟਮੋਸਫੇਰਿਕ ਦੇ? ਉਹ ਤਾਂ ਹੈ ਨਾ, ਇਹਦਾ ਮਤਲਬ ਉਹ ਤਾਂ 1.013 ਪਰ ਇੱਥੇ ਡੈਂਸਿਟੀ ਵੀ ਆ ਜਾਣੀ ਸੀ, ਇੱਥੇ ਜੀ ਐਚ ਆਲਮੋਸਟ ਚੈੱਕ ਕਰਕੇ ਦੇਖੋ, you
ਇਹਦਾ ਮਤਲਬ ਜੇ ਅਸੀਂ ਕੁਝ ਟੋਰੀਸਿਲੀ ਐਕਸਪੈਰੀਮੈਂਟ ਚ ਪਾਣੀ ਯੂਜ਼ ਕੀਤਾ ਹੁੰਦਾ ਜੋ ਕਿ ਈਜ਼ੀਲੀ ਅਵੇਲੇਬਲ ਹੈ ਤਾਂ ਮੈਜ਼ਰਮੈਂਟ ਹੋ ਜਾਣੀ ਸੀ, ਪਰ ਪਾਣੀ ਨੇ ਕਿੰਨੀ ਹਾਈਟ ਤੱਕ ਜਾਣਾ ਸੀ? ਆਲਮੋਸਟ 10 ਮੀਟਰ ਤੱਕ, ਹੈ ਨਾ? ਹੁਣ ਮਰਕਰੀ ਕਿੰਨੀ ਹਾਈਟ ਤੱਕ ਗਿਆ? 76 ਸੈਂਟੀਮੀਟਰ, ਹੈ ਨਾ? ਹੁਣ ਮਰਕਰੀ ਕੋਸਟਲੀ ਹੈ, ਠੀਕ ਹੈ, ਪਾਣੀ ਸਸਤਾ, ਪਰ ਪਾਣੀ ਦੀ ਪ੍ਰੋਬਲਮ ਕੀ ਆ ਰਹੀ ਕਿ ਉਹਦੀ ਹਾਈਟ, ਜੇ ਮੰਨ ਲਓ ਘਰ ਦੇ ਵਿੱਚ ਐਕਸਪੈਰੀਮੈਂਟ ਕਰਨਾ ਹੋਏ ਤਾਂ ਫਿਰ ਪਾਣੀ ਨਾਲ ਪਾਣੀ ਜਿੰਨਾ ਮਰਜ਼ੀ ਅਵੇਲੇਬਲ ਹੈ ਨਹੀਂ ਕਰ ਸਕਦੇ, ਕਾਰਨ ਜਾਂ ਤਾਂ ਵਿੱਚ ਅੱਤਾਂ ਵੀ ਘਰਦੀਆਂ 10 ਮੀਟਰ ਤੋਂ ਉੱਪਰ ਬਣਾਉਗੇ, 11 ਮੀਟਰ ਰੱਖੂਗੇ, ਹੈ ਨਾ? ਕਹਿਣ ਦਾ ਮਤਲਬ ਪ੍ਰੈਕਟੀਕਲ ਪ੍ਰੋਬਲਮ ਆ ਗਈ। ਫਿਰ 11 ਮੀਟਰ ਉੱਪਰ ਜਦੋਂ ਪਾਣੀ ਚੜ ਗਿਆ ਤਾਂ ਉਹਦੀ ਰੀਡਿੰਗ ਕਿੱਦਾਂ ਨੋਟ ਕਰੂੰਗੇ? ਫਿਰ ਉਹਦੇ ਲਈ ਸਪੈਸ਼ਲ ਸਟੇਅਰ ਪੌੜੀ ਵੀ ਬਣਾਉਂਗੇ, ਪਲੈਟਫਾਰਮ ਬਣਾਉਂਗੇ ਜਿੱਥੇ ਚੜ੍ਹ ਕੇ ਉਹਨੂੰ ਮੇਜਰ ਕਰੂੰਗੇ। ਤੋ ਇਸ ਕਾਰਨ ਕਰਕੇ ਇਹ ਪ੍ਰੈਕਟੀਕਲ ਪ੍ਰੋਬਲਮ ਹੈ। ਦੂਸਰੀ ਪ੍ਰੋਬਲਮ ਇਹ ਹੈ ਨਾਲ, ਇਹਦੇ ਕਈ ਵਾਰ ਪੁੱਛ ਲੈਂਦੇ ਨਾ ਵੀ ਪਾਣੀ ਕਿਉਂ ਨਹੀਂ ਯੂਜ ਕਰਦੇ ਅਸੀਂ, ਇੱਕ ਤਾਂ ਪਾਣੀ ਦੀ ਡੈਂਸਿਟੀ ਘੱਟ ਹੋਣ ਕਰਕੇ ਹਾਈਟ ਬਹੁਤ ਜ਼ਿਆਦਾ ਹੋਏਗੀ, ਉਹ ਪ੍ਰੈਕਟੀਕਲੀ ਉਹ ਮੁਸ਼ਕਿਲ ਹੈ। ਦੂਸਰਾ, ਪਾਣੀ ਕੰਪੈਰੇਟਿਵਲੀ ਈਜ਼ੀਲੀ ਇਵੈਪੋਰੇਟ ਹੋ ਜਾਂਦਾ ਵਾ, ਅਤੇ ਤੀਸਰਾ, ਪਾਣੀ ਜਿਹੜਾ ਨਾ ਗਲਾਸ ਟਿਊਬ ਨੂੰ ਸਟਿੱਕ ਕਰਦਾ, ਚਿਪਕ ਜਾਂਦਾ, ਕਿ ਆਪਾਂ ਪੜ੍ਹਾਂਗੇ ਟੋਪਿਕ ਸਰਫੇਸ ਟੈਂਸ਼ਨ ਵਾਲਾ ਇਸ ਤੋਂ ਬਾਅਦ, ਤਾਂ ਉਹਦੇ ਨਾਲ ਇਹ ਪ੍ਰੋਬਲਮ ਆਉਂਦੀਆਂ ਵੀ ਅਸੀਂ ਪਾਣੀ ਨੂੰ ਅਵੋਇਡ ਕਰਦੇ ਹਾਂ ਔਰ ਮਰਕਰੀ ਪ੍ਰੈਫਰ ਕਰਦੇ। ਤੋ ਇਹ ਹੈ ਰਿਗਾਰਡਿੰਗ ਹਾਈਡਰੋਸਟੈਟਿਕ ਕੰਡੀਸ਼ਨ ਬਾਰੇ, ਲਿਕੁਇਡ ਐਟ ਰੈਸਟ। ਤੋ ਹੁਣ ਬੇਟਾ ਨੋਟ ਕਰਕੇ ਲਿਖੋ, ਇੱਕ ਨਾ ਆਪਾਂ ਜਿਹੜਾ ਟੌਪਿਕ ਇਸ ਤੋਂ ਪਹਿਲਾਂ ਕਵਰ ਕਰ ਚੁੱਕੇ ਹਾਂ, ਇਲਾਸਟੀਸਿਟੀ ਵਾਲਾ, ਇਲਾਸਟੀਸਿਟੀ ਦੀ ਜੋ ਪ੍ਰੈਕਟੀਕਲ ਐਪਲੀਕੇਸ਼ਨਸ ਹੈ, ਵੈਸੇ ਤਾਂ ਹਰ ਜਗ੍ਹਾ ਤੇ ਉਹਦੀ ਪ੍ਰੈਕਟੀਕਲ ਐਪਲੀਕੇਸ਼ਨ ਹੈ। ਜਿੱਦਾਂ ਹੁਣ ਮੰਨ ਲਓ ਕੁੱਕਰ ਹੈ, ਖਾਣਾ ਬਣਾਉਣ ਵਾਲਾ ਬਰਤਨ, ਤਾਂ ਉਹ ਕਿਹੜੇ ਮਟੀਰੀਅਲ ਦਾ ਬਣਾਉਣਾ ਇਹ ਬੜਾ ਇੰਪੋਰਟੈਂਟ ਹੈ, ਕਿਉਂਕਿ ਜਦੋਂ ਅਸੀਂ ਕੁੱਕਰ 'ਚ ਕੋਈ ਚੀਜ਼ ਬਣਾਉਂਦੇ ਹਾਂ ਤਾਂ ਸਟੀਮ ਅੰਦਰ ਬਣਦੀ ਹੈ ਨਾ, ਉਹ ਸਟੀਮ ਕੀ ਕਰਦੀ ਹੈ, ਕੁੱਕਰ ਦੀਆਂ ਦੀਵਾਰਾਂ 'ਤੇ ਪ੍ਰੈਸ਼ਰ ਪਾਉਂਦੀ ਹੈ। ਤਾਂ ਇਹ ਨਾ ਹੋਵੇ ਵੀ ਉਹ ਹਲਕਾ ਮਟੀਰੀਅਲ ਹੋਏ, ਪ੍ਰੋਪਰ ਥਿਕਨੈਸ ਨਾ ਹੋਏ ਅਤੇ ਉਹ ਫਟ ਜਾਏ, ਐਕਸੀਡੈਂਟ ਹੁੰਦੇ ਆ। ਸੋ ਮਤਲਬ ਕੋਈ ਪਰਟੀਕੁਲਰ ਐਗਜ਼ਾਮਪਲ ਲਈ, ਇਸੇ ਤਰ੍ਹਾਂ ਤੁਹਾਨੂੰ ਦੱਸਿਆ ਵੀ ਚੇਅਰ ਜਿਹੜੇ 'ਤੇ ਤੁਸੀਂ ਬੈਠੇ ਹਾਂ, ਤਾਂ ਇਹਨੂੰ ਵੀ ਡਿਜ਼ਾਇਨ ਕਰਨ ਲਈ ਉਹਨਾਂ ਨੇ ਐਵਰੇਜ ਸੋਚਿਆ ਹੋਇਆ ਵੀ 100 ਕਿਲੋ ਤੱਕ ਦਾ ਆਦਮੀ ਬੈਠੇ ਤਾਂ ਇਹਨੂੰ ਨੁਕਸਾਨ ਨਾ ਪਹੁੰਚੇ, ਉਸ ਤੋਂ ਬਾਅਦ ਦੀ ਕੋਈ ਗਰੰਟੀ ਨਹੀਂ, ਹੈ ਨਾ, ਵੀ ਵਧੀਆ ਲੈਵਲ ਹੋਣ। ਤੋ ਤੀਸਰਾ, ਜਿੱਦਾਂ ਤੁਸੀਂ ਪ੍ਰੈਕਟੀਕਲੀ ਦੇਖਦੇ ਹਾਂ ਕਰੇਨਸ ਹੈ, ਹੁਣ ਕਰੇਨ ਹੈ ਜਿਹੜੀ, ਜਦੋਂ ਹੈਵੀ ਆਬਜੈਕਟ ਨੂੰ ਉਹਨੇ ਲਿਫਟ ਕਰਨਾ ਉੱਪਰ ਨੂੰ ਚੱਕਣਾ, ਤਾਂ ਉਹਦੀ ਜਿਹੜੀ ਰੱਸੀ ਹੈ ਉਹਦੀ ਮੋਟਾਈ,
ਹੈ ਨਾ, ਮਟੀਰੀਅਲ ਦੇ ਨਾਲ ਨਾਲ ਮੋਟਾਈ ਨੇ ਡਿਸਾਈਡ ਕਰਨਾ ਕਿ ਉਹ ਮੈਕਸੀਮਮ ਕਿੰਨਾ ਲੋਡ ਲਿਫਟ ਕਰ ਸਕਦੀ ਹੈ, ਚੱਕ ਸਕਦੀ ਹੈ। ਤੇ ਇਹ ਸਾਰੀਆਂ ਕੈਲਕੂਲੇਸ਼ਨਸ ਕਿੱਥੋਂ ਕਰਦੇ ਹਾਂ ਆਪਾਂ? ਇਲਾਸਟਿਸਿਟੀ ਦੇ ਕਨਸੈਪਟਸ ਯੂਜ ਕਰਦੇ। ਇਹਦੇ ਨਾਲ ਹੀ ਵੀ ਜਿਸ ਤਰ੍ਹਾਂ ਇੱਕ ਨੈਚੁਰਲ ਜੋ ਅਸੀਂ ਪੁਆਇੰਟ ਆਬਜ਼ਰਵ ਕਰਦੇ ਹਾਂ ਉਹ ਹੈ ਕਿ ਅਸੀਂ ਕਹਿੰਦੇ ਹਾਂ ਕਿ ਅਰਥ ਦੇ ਉੱਪਰ ਸਭ ਤੋਂ ਉੱਚਾ ਜਿਹੜਾ ਪਰਬਤ ਹੈ ਮਾਊਂਟੇਨ ਉਹ ਕਿਹੜੀ ਹੈ? ਮਾਊਂਟ ਐਵਰੈਸਟ। ਕਿੰਨੀ ਉੱਚਾਈ ਹੈ? ਆਲਮੋਸਟ 9000 ਮੀਟਰ ਕਹਿ ਸਕਦੇ ਹਾਂ, ਐਗਜੈਕਟ ਨਹੀਂ ਜਾਂਦੇ ਆਪਾਂ। ਤੋ ਸਾਡੇ ਦਿਮਾਗ 'ਚ ਕੁਐਸਚਨ ਆਉਂਦਾ ਵੀ ਇਸ ਤੋਂ ਉੱਪਰ ਉੱਚਾਈ ਵਾਲੇ ਪਰਬਤ ਹੋ ਨਹੀਂ ਸਕਦੇ ਕਿ ਸਾਨੂੰ ਹੀ ਨਹੀਂ ਲੱਭੇ ਹਾਲੇ ਤੱਕ। ਤਾਂ ਇਲਾਸਟਿਸਿਟੀ ਦਾ ਕੰਸੈਪਟ ਦੱਸਦਾ ਵਾ ਕਿ ਧਰਤੀ ਦਾ ਜਿਹੜਾ ਮਟੀਰੀਅਲ ਹੈ ਸਰਫੇਸ ਦਾ ਉਹਦੀ ਇਲਾਸਟਿਸਿਟੀ ਦੇ ਅਕੋਰਡਿੰਗਲੀ ਧਰਤੀ ਦੇ ਉੱਪਰ 10,000 ਮੀਟਰ 10,000 ਮੀਟਰ ਹਾਈਟ ਤੋਂ ਜ਼ਿਆਦਾ ਵਾਲਾ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਕਿ ਜੇ ਉਸ ਤੋਂ ਜ਼ਿਆਦਾ ਉਚਾਈ ਵਾਲਾ ਪਹਾੜ ਬਣਨਾ ਸ਼ੁਰੂ ਹੋਏਗਾ ਅਰਥ ਨੀਚੇ ਧੱਸ ਜਾਏਗਾ ਯੀਲਡ ਕਰਕੇ। ਠੀਕ ਹੈ, ਹੁਣ ਇਹ ਸਾਰੀ ਕੈਲਕੂਲੇਸ਼ਨ ਇਲਾਸਟਿਸਿਟੀ ਵਾਲੇ ਕੰਸੈਪਟ ਤੋਂ ਆਉਂਦੀ ਹੈ। ਤੋ ਹੁਣ ਇਹ ਜਿਹੜੀਆਂ ਤੁਹਾਨੂੰ ਮੈਂ ਨੋਟਸ ਭੇਜੇ ਨਾ ਉਹਦੇ ਵਿੱਚ ਐਪਲੀਕੇਸ਼ਨ ਦੇ ਵਿੱਚ ਇਹ ਡਿਸਕਸ ਕੀਤਾ ਹੋਇਆ। ਤੋ ਜਿਸ ਤਰ੍ਹਾਂ ਅਰਥ ਦਾ ਸਰਫੇਸ ਆ ਗਿਆ, ਹੁਣ ਅਰਥ ਦਾ ਜਿਹੜਾ ਸਰਫੇਸ ਹੈ ਇਹਦੀ ਮੰਨ ਲਓ ਇਲਾਸਟਿਕ ਲਿਮਿਟ ਹੈ 3×10⁸। ਅਰਥ ਦਾ ਸਰਫੇਸ ਮੈਕਸੀਮਮ ਕਿੰਨੀ ਸਟ੍ਰੈਸ ਬੀਅਰ ਕਰ ਸਕਦਾ? ਇੰਨੀ। ਇਸ ਤੋਂ ਜ਼ਿਆਦਾ ਸਟ੍ਰੈਸ ਆਏਗੀ ਤਾਂ ਅਰਥ ਯੀਲਡ ਕਰ ਜਾਏ। ਤੋ ਹੁਣ ਆਪਾਂ ਮੰਨ ਲੈਂਦੇ ਹਾਂ ਕਿ ਜਿਹੜਾ ਪਹਾੜ ਹੈ, ਵੈਸੇ ਤਾਂ ਪ੍ਰੈਕਟੀਕਲੀ ਪਹਾੜ ਦੀ ਡੈਂਸਿਟੀ ਸੇਮ ਨਹੀਂ ਹੁੰਦੀ, ਇਹ ਤਾਂ ਆਪਾਂ ਪੜ੍ਹੀਆਂ। ਤੇ ਪਲੱਸ 1-2 ਲੈਵਲ ਦੀਆਂ ਕੈਲਕੂਲੇਸ਼ਨਸ ਕਰਕੇ ਰਫਲੀ ਦੀਆਂ ਦੱਸ ਰਹੇ, ਆਪਾਂ ਮੰਨ ਲੈਂਦੇ ਹਾਂ ਕਿ ਜਿਹੜੀ ਡੈਂਸਿਟੀ ਆਫ ਮਟੀਰੀਅਲ ਆਫ ਅਰਥ ਹੈ, ਪਹਾੜ ਵੀ ਤਾਂ ਅਰਥ ਦੇ ਮਟੀਰੀਅਲ ਵੀ ਬਣਿਆ, ਮਟੀਰੀਅਲ ਆਫ ਅਰਥ ਇਹ ਡੈਂਸਿਟੀ ਅਸੀਂ ਮੰਨ ਲੈਂਦੇ ਹਾਂ ਆਲਮੋਸਟ 3×10⁴। ਤੋ ਹੁਣ ਜਿਹੜਾ ਪਹਾੜ ਬਣੇਗਾ ਜਿੱਦਾਂ ਇਹਦੀ ਉਚਾਈ ਵੱਧਦੀ ਜਾਏਗੀ ਤਾਂ ਅਰਥ ਦੇ ਉੱਪਰ ਪ੍ਰੈਸ਼ਰ ਵੀ ਵੱਧਦਾ ਜਾਏਗਾ। ਪ੍ਰੈਸ਼ਰ ਕੱਢਣ ਦਾ ਫਾਰਮੂਲਾ ਕੀ ਹੈ ਅਸੀਂ? HO ਜੀ। ਨੋ ਡਾਊਟ ਇਹ ਆਪਾਂ ਲਿਕੁਇਡ 'ਚ ਵੀ ਲਗਾਉਂਦੇ ਹਾਂ, ਬਟ ਇਨੀਸ਼ਲੀ ਤਾਂ ਅਰਥ ਮੋਲਟਨ ਸਟੇਟ 'ਚ ਸੀ ਨਾ, ਅੰਦਰ ਤਾਂ ਮੋਲਡ ਲਾਵਾ ਹੀ ਹੈ, ਤੋ ਇਸ ਕਰਕੇ ਅਸੀਂ ਇਹਨੂੰ ਰਫਲੀ ਜਿਹਾ ਤਾਂ ਲਗਾ ਤਾ। ਹੁਣ ਐਚ ਕੀ ਹੈ? ਹਾਈਟ। ਰੋ ਕੀ ਹੈ? ਜੀ ਕੀ ਹੈ? ਟੈਂਥ। ਔਰ ਪੀ ਕਿੰਨਾ? ਵੱਧ ਤੋਂ ਵੱਧ ਪ੍ਰੈਸ਼ਰ ਕਿੰਨਾ ਅਰਥ ਬੀਅਰ ਕਰ ਸਕਦੀ ਹੈ? ਸਟ੍ਰੈਸ ਕੀ ਹੁੰਦੀ, ਲਿਮਿਟ ਕੀ ਹੁੰਦੀ ਹੈ? ਪ੍ਰੈਸ਼ਰ ਹੀ ਹੈ, ਫੋਰਸ ਪਰ ਯੂਨਿਟ ਏਰੀਆ। ਤੋ 3×10⁸ ਕੈਲਕੂਲੇਸ਼ਨ ਕਰਕੇ ਦੇਖੋ, ਇੱਥੇ 4 ਆ ਗਿਆ, 3×3, ਤੋ ਐਚ ਦੀ ਵੈਲਿਊ ਆਲਮੋਸਟ ਵੱਧ ਤੋਂ ਵੱਧ 10,000 ਕਿਲੋਮੀਟਰ, ਸੋਰੀ 10,000 ਮੀਟਰ ਤੱਕ ਹੋ ਸਕਦਾ। 10 ਕਿਲੋਮੀਟਰ ਤੱਕ ਦਾ ਪਹਾੜ ਹੋ ਸਕਦਾ, ਉਸ ਤੋਂ ਜ਼ਿਆਦਾ ਐਗਜ਼ਿਸਟ ਹੀ ਨਹੀਂ ਕਰ ਸਕੇਗਾ।
ਤੂੰ ਕਿੱਥੇ ਜਾਣਾ? ਘਰ ਤੇਰੀ ਕਲਾਸ ਹੈ? ਚੱਲ ਜਾਏ ਦੋ ਮਿੰਟ ਠਹਿਰ ਜਾ। ਫਿਜਿਕਸ ਤੋਂ ਨੱਠਦੀ ਏਦਾਂ ਨਾ, ਫਿਜਿਕਸ ਤਾਂ ਮਿਲ ਗਿਆ ਪੇਪਰ, ਮੈਥ ਹੀ ਮਿਲਿਆ ਹਾਲੇ। ਸੋ ਕੱਲ ਕੀ ਟਾਈਮਿੰਗ ਆ ਤੁਹਾਡੀਆਂ ਟਿਊਸ਼ਨ ਦੀਆਂ? 9 to 11 ਹੈ। ਗਿਆਰਾਂ ਵਜੇ ਰੱਖ ਲਈਏ ਟਾਈਮ ਕੱਲ੍ਹ।